ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 9 ਨਵੰਬਰ ਤੋਂ 18 ਨਵੰਬਰ ਤੱਕ ਚੱਲਣ ਵਾਲੀ ਸੇਵਾ ਲਈ ਮੇਲ ਦੇ ਤਹਿਤ ਪੰਜਾਬ ਦੇ ਵੱਖ ਵੱਖ ਥਾਈਂ ਜਾਗਰੂਕਤਾ ਮਾਰਚ ਕੱਢੇ ਗਏ। ਰੋਪੜ ਵਿਚ ਜ਼ਿਲ੍ਹਾ ਨਿਆਇਕ ਕੰਪਲੈਕਸ ਤੋਂ ਇਕ ਪੈਦਲ ਮਾਰਚ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ, ਜੋ ਕਿ ਸਥਾਨਕ ਬੇਲਾ ਚੌਂਕ ਵਿਚ ਜਾ ਕੇ ਸਮਾਪਤ ਹੋਇਆ। ਉਧਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿਚ ਵੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਕਰਮਜੀਤ ਸਿੰਘ ਕੰਗ ਨੇ ਕੁਨੈਕਟਿੰਗ ਟੂ ਸਰਵ ਜਨ ਚੇਤਨਾ ਮੁਹਿੰਮ ਦੀ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੀ ਸਕੱਤਰ ਮੋਨਿਕਾ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਕਾਨੂੰਨੀ ਸਾਖਰਤਾ ਪੈਦਾ ਕਰਨ ਦੇ ਨਾਲ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ। ਅੱਜ ਅਸੀਂ 9 ਨਵੰਬਰ ਨੂੰ ਲੀਗਲ ਸਰਵਿਸਿਜ਼ ਡੇ ਮਨਾ ਰਹੇ ਹਾਂ ਜੀ, ਅਤੇ ਇਹਦੇ 'ਚ ਸਾਡੇ ਪਾਰਟੀਸਪੈਂਟਸ ਜਿਹੜੇ ਹੈਗੇ ਆ ਉਹ ਜੁਡੀਸ਼ੀਅਲ ਆਫਿਸਰਸ ਹੈ, ਉਹ ਤੋਂ ਇਲਾਵਾ ਡੀ ਸੀ ਸਾਹਿਬ, ਐਸ ਐਸ ਪੀ ਸਾਹਿਬ, ਕਮਿਸ਼ਨਰ ਆਫ ਪੁਲਿਸ ਅਤੇ ਹੋਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਰੇ ਜਿਹੜੇ ਨੁਮਾਇੰਦੇ ਉਹ ਹੈਗੇ। ਇਹ ਤੋਂ ਇਲਾਵਾ ਅਸੀਂ ਲਾਅ ਸਟੂਡੈਂਟਸ ਨੂੰ ਨਾਲ ਆਪਣੇ ਅਟੈਚ ਕੀਤਾ ਹੋਇਆ, ਅਤੇ ਅਸੀਂ ਅਬਾਊਟ 200 ਪਾਰਟੀਸੀਪੈਂਟਸ ਜਿਹੜੇ ਅੱਜ ਆਏ ਹੋਏ ਆ, ਜਿਨ੍ਹਾਂ ਨੂੰ ਅਸੀਂ 10 ਟੀਮਾਂ 'ਚ ਡਿਵਾਈਡ ਕੀਤਾ ਹੋਇਆ। ਅੱਜ ਸਾਡਾ ਲੀਗਲ ਸਰਵਿਸਿਜ਼ ਡੇ ਮਨਾਉਣ ਦਾ ਪਰਪਸ ਇਹ ਹੈ ਕਿ ਅਸੀਂ ਇਹਨਾਂ ਟੀਮਸ ਨੂੰ ਇੱਕ ਸੋਸ਼ਲ ਕੌਜ਼ ਲਈ ਰਿਮੋਟ ਏਰੀਆਸ 'ਚ ਭੇਜਾਂਗੇ, ਜਿੱਥੇ ਜਾ ਕੇ ਇਹ ਲੀਗਲ ਅਵੇਅਰਨੈਸ ਕ੍ਰੀਏਟ ਕਰਨਗੇ, ਲੋਕਾਂ ਨੂੰ ਉਹਨਾਂ ਦੇ ਰਾਈਟਸ ਬਾਰੇ ਅਵੇਅਰ ਕਰਨਗੇ ਅਤੇ ਲੀਗਲ ਸਰਵਿਸਿਜ਼ ਦੀ ਅਵੇਲੇਬਿਲਟੀ ਬਾਰੇ ਦੱਸਣਗੇ।